ਰਾਤ ਸਾਡੇ ਵੀ ਮੰਦਰ ਦੇ ਵਿੱਚ ਚੋਰੀ ਹੋਈ ਹੈ, ਕਿਉਂਕਿ 16 ਤਰੀਕ ਤੋਂ ਸ਼੍ਰੀ ਰਾਮ ਕਥਾ ਦਾ ਆਯੋਜਨ ਕੀਤਾ ਹੈ, ਸੰਗਤ ਕਾਫੀ ਆ ਰਹੀ ਹੈ ਔਰ ਦਾਨ ਰਾਸ਼ੀ ਵੀ ਗੱਲਿਆਂ ਦੇ ਵਿੱਚ ਕਾਫੀ ਹੈ। ਸਾਨੂੰ ਅਫਸੋਸ ਨਾਲ ਕਹਿਣਾ ਪੈਂਦਾ, ਪਹਿਲਾਂ ਵੀ ਬਹੁਤ ਸਾਰੇ ਮੰਦਰਾਂ ਦੇ ਵਿੱਚ ਚੋਰੀਆਂ ਹੋਈਆਂ। ਆਚਾਰੀਆ ਆਨੰਦ ਲਾਲ ਜੀ ਨੇ ਇੱਕ ਚੋਰ ਫੜਾ ਵੀ ਦਿੱਤੇ ਸਨ, ਜੋ ਮਾਤਾ ਬਗਲਾ ਮੁਖੀ ਮੰਦਰ ਯੱਗਸ਼ਾਲਾ ਦੇ ਵਿੱਚ ਚੋਰੀ ਕਰਕੇ ਗਏ। ਕਿੰਨੇ ਕੁ ਜਿਹੜੇ ਗੱਲੇ ਮੰਦਰ ਦੇ ਅੰਦਰ ਜਿਹੜੇ ਤੋੜੇ ਗਏ ਔਰ ਕਿੰਨਾ ਕੈਸ਼ ਸੀਗਾ ਜੀ ਉਹਦੇ ਵਿੱਚ? ਇਹ ਜਿਹੜੇ ਸਾਡੇ ਗੱਲੇ ਮੇਨ ਤੋੜੇ ਗਏ ਜੀ, ਉਹ ਦੋ ਹੈ, ਇੱਕ ਪ੍ਰਭੂ ਸ਼੍ਰੀ ਰਾਮ ਜੀ ਦਾ ਔਰ ਮਹਾਮਾਈ ਜੀ ਦਾ। ਕਿੰਨਾ ਕੈਸ਼ ਸੀਗਾ ਜੀ ਵਿੱਚ? ਇਹਦੇ ਵਿੱਚ ਤਕਰੀਬਨ 50 ਤੋਂ 60 ਹਜ਼ਾਰ ਰੁਪਈਆ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਜਿਹੜੇ ਲੋਕ ਸਾਨੂੰ ਕੋਈ ਸਹਾਇਤਾ ਰਾਸ਼ੀ ਵੀ ਦੇਣਾ ਚਾਹੁੰਦੇ ਸੀ, ਉਹ ਅਸੀਂ ਗੱਲੇ ਜੀ ਪਵਾ ਰਹੇ ਸੀ ਵੀ ਗੱਲੇ ਦੇ ਵਿੱਚ ਪਾ ਦੇ। ਸਾਰੇ ਕੀ ਕਾਰਨ ਹੈ? ਪੁਲਿਸ ਤਾਂ ਬਹੁਤ ਆਪਦੇ ਦਾਅਵੇ ਕਰਦੀ ਹੈ। ਦੇਖੋ ਗੱਲ ਇਹ ਹੈ ਜੀ, ਪੁਲਿਸ ਦਾਅਵੇ ਕਰ ਰਹੀ ਹੈ, ਲੇਕਿਨ ਜਿਹੜੀ ਰਾਤ ਦੀ ਗਸ਼ਤ ਹੈ ਉਹ ਬਹੁਤ ਜ਼ਿਆਦਾ ਘੱਟ ਹੈ। ਦੇਖੋ ਡੀਸੀ ਕੰਪਲੈਕਸ ਦੇ ਵਿੱਚ ਜਿਹੜੇ ਅਰਜੀ ਨਿਵੇਸ ਨੇ, ਉੱਥੋਂ ਕੱਲ੍ਹ 12 ਏਸੀ ਚੋਰੀ ਹੋ ਗਏ, ਹੋਰ ਦਸਤਾਵੇਜ਼ ਚੋਰੀ ਹੋ ਗਏ। ਮੇਨ ਬਾਜ਼ਾਰ ਦੇ ਵਿੱਚ 5-6 ਦੁਕਾਨਦਾਰਾਂ 'ਤੇ ਚੋਰੀ ਹੋਈ ਔਰ ਇੱਕ MC ਸਾਹਿਬਾਨ ਨੇ ਸਾਹਿਲ ਅਰੋੜਾ, ਉਹਨਾਂ ਦੇ ਦਫ਼ਤਰ 'ਚ ਵੀ ਚੋਰੀ ਹੋਈ। ਯਾਨੀ ਚੋਰ ਹਜੇ ਤੀਕਰ ਪਿਛਲੀਆਂ ਚੋਰੀਆਂ ਵਾਲੇ ਵੀ ਫੜੇ ਨਹੀਂ ਗਏ। ਇਹ ਆਚਾਰੀ ਆਨੰਦ ਲਾਲ ਜੀ ਨੇ ਆਪਦੀ ਮਿਹਨਤ ਦੇ ਨਾਲ ਜਿਨ੍ਹਾਂ ਨੇ ਇਹਨਾਂ ਦੇ ਮੰਦਰ ਚੋਰੀ ਕੀਤੀ ਸੀ ਉਹ ਫੜੇ ਸਨ। ਸਰ ਜੀ, ਇੱਥੋਂ ਦੀ ਕੋਈ CCTV ਵੀ ਹੈ ਕੋਈ? CCTV ਕੈਮਰੇ ਵੀ ਹਨ ਜੀ, ਕਿਉਂਕਿ ਰਾਮ ਕਥਾ ਦਾ ਆਯੋਜਨ ਹੋਣ ਕਰਕੇ ਬੰਦੇ ਥੱਕ ਜਾਂਦੇ ਨੇ। ਰਾਤ 12 ਵਜੇ ਤੱਕ ਤਾਂ ਸਾਡੇ ਬੰਦੇ ਜਾਗਦੇ ਰਹੇ, ਉਸ ਤੋਂ ਬਾਅਦ ਤੁਹਾਨੂੰ ਪਤਾ ਠੰਡ ਵੀ ਹੈ ਔਰ ਥਕਾਵਟ ਵੀ ਸੀ। ਜਿਹੜਾ ਬੰਦਾ ਸਾਡਾ ਬੇਸਮੈਂਟ ਜੋ ਧਰਮਸ਼ਾਲਾ ਬਣੀ ਹੈ ਉਹਦੇ 'ਚ ਸੁੱਤਾ ਸੀਗਾ, ਚੋਰੀ ਦਾ ਪਤਾ ਨਹੀਂ ਲੱਗ ਸਕਿਆ। ਸਾਡੇ ਇੱਥੇ ਰਹਿਣ ਬਸੇਰਾ, ਉਹਦੇ ਮਾਤਾ ਇੱਕ, ਉਹ ਉੱਠੇ ਨੇ ਜਦੋਂ 4 ਵਜੇ ਬਾਥਰੂਮ ਵਾਸਤੇ, ਉਹਨਾਂ ਨੇ 2:30 ਵਜੇ, ਹਾਂ 2:30 ਵਜੇ ਉੱਠੇ ਬਾਥਰੂਮ ਵਾਸਤੇ, ਉਹਨਾਂ ਨੇ ਜਦੋਂ ਵੇਖਿਆ ਵੀ ਗੇਟ ਖੁੱਲ੍ਹੇ ਨੇ, ਤਾਂ ਉਹਨਾਂ ਨੇ ਫਿਰ ਪੰਡਿਤ ਜੀ ਨੂੰ ਜਗਾ ਕੇ। ਕਿੰਨੇ ਬੰਦੇ ਸੀ ਜਿਹੜੇ ਮੰਦਰ ਦੇ ਵਿੱਚ ਜਿਹੜੇ ਆ ਕੇ? ਦੇਖੋ ਜਿਹੜੇ ਕੈਮਰੇ ਦੇ ਵਿੱਚ ਤਾਂ 2 ਆ ਰਹੇ ਆ ਜੀ, ਅੰਦਰ 1 ਆਇਆ। ਅੰਦਰ 1 ਆਇਆ, ਬਾਹਰ 2 ਦੇ? ਬਾਹਰ 2 ਸੀਗੇ। ਇਹ ਮੰਦਰ ਕਿੱਥੇ ਬਣਿਆ ਹੋਇਆ ਜੀ? ਇਹ ਮੰਦਰ ਕੋਟਕਪੂਰਾ ਬਾਈਪਾਸ ਰੋਡ ਪੁਲ ਦੇ ਬਿਲਕੁਲ ਨਾਲ ਹੈ। ਜੇ ਆਪਾਂ ਬੰਦ ਫਾਟਕਾਂ ਤੋਂ ਲੈਣਾ ਦੇ ਨਾਲ ਨਾਲ ਆਈਏ, ਬਹੁ ਪ੍ਰੇਮ ਜੀ ਦੀ ਆਟਾ ਮਿਲ ਦੇ ਨਾਲ। ਕੋਈ ਪੁਲਿਸ ਨੇ ਤਲਾਹ ਦਿੱਤੀ? ਪੁਲਿਸ ਵੀ ਮੌਕਾ ਦੇ ਕੇ ਗਈ? ਪੁਲਿਸ ਉਸੇ ਵੇਲੇ ਜਦੋਂ ਅਸੀਂ ਤਲਾਹ ਦਿੱਤੀ ਹੈ ਜੀ, ਫੌਰਨ ਆ ਗਈ ਹੈ। ਉਹਨਾਂ ਨੇ ਸਾਰੀ ਜਾਂਚ ਕੀਤੀ ਹੈ, ਦੇਖਿਆ ਪਰਖਿਆ ਔਰ ਉਹ ਕਹਿੰਦੇ ਵੀ ਯਕੀਨ ਦਵਾਇਆ ਉਹਨਾਂ ਨੇ ਸਾਡੀ ਮੰਦਰ ਕਮੇਟੀ ਨੂੰ ਵੀ ਅਸੀਂ ਇਸ ਚੋਰੀ ਨੂੰ ਜਲਦੀ ਤੋਂ ਜਲਦੀ ਬਰਾਮਦ ਕਰਾਂਗੇ। ਸਾਨੂੰ ਇੱਕ ਅਰਲੀ ਮਾਰਨਿੰਗ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਹੈ ਕਿ ਬੀਤੀ ਰਾਤ ਸ਼੍ਰੀ ਰਾਮ ਮੰਦਿਰ ਕੋਟਕਪੂਰਾ ਰੋਡ 'ਤੇ ਚੋਰੀ ਦੀ ਵਾਰਦਾਤ ਹੋਈ ਹੈ। ਸੋ ਹੁਣ ਅਸੀਂ ਮੌਕੇ 'ਤੇ ਪਹੁੰਚੇ ਹਾਂ ਅਤੇ ਇਨਵੈਸਟੀਗੇਸ਼ਨ ਸਟਾਰਟ ਕੀਤੀ ਜੀ, ਅਸੀਂ ਜਲਦੀ ਅਕਿਊਜ਼ ਨੂੰ ਫੜ ਲਾਂਗੇ ਜੀ। ਸਰ ਪਤਾ ਲੱਗਾ ਕਿ ਕੁਛ ਚੋਰੀ ਹੋਇਆ? ਇੱਥੋਂ ਨਗਦੀ ਚੋਰੀ ਹੋਈ ਹੈ ਅਤੇ ਇੱਕ ਰਸੀਦ ਬੁੱਕ ਚੋਰੀ ਹੋਣ ਦਾ ਇਨਫੋਰਮੇਸ਼ਨ ਆਈ ਹੈ ਸਰ। ਸਰ CCTV ਕੈਮਰਿਆਂ 'ਚ ਕੁਛ ਆਇਆ? ਸਾਡੇ ਕੋਲ ਕੁਛ ਲੀਡਸ ਆਈਆਂ ਨੇ ਜੀ, ਅਸੀਂ ਉਹਨਾਂ ਦੇ ਵਰਕਆਊਟ ਕਰ ਰਹੇ ਹਾਂ ਅਤੇ ਉਹਨਾਂ ਦੇ ਵਰਕਆਊਟ ਕਰਕੇ ਜਲਦੀ ਅਕਿਊਜ਼ ਨੂੰ ਫੜ ਲਾਂਗੇ। ਸਰ ਮੋਗਾ ਦੇ ਵਿੱਚ ਪਿਛਲੇ ਦਿਨ ਕਾਫੀ ਚੋਰੀਆਂ ਹੁੰਦੀਆਂ ਆ ਰਹੀਆਂ ਨਜ਼ਰ ਆਈਆਂ, ਮੰਦਰਾਂ ਚੋਰੀ ਹੁੰਦੀਆਂ ਜਾਂ DC ਵੀ ਚੋਰੀ ਹੋਈ ਆ, ਸਰ ਕੀ ਚੋਰਾਂ ਦਾ ਕੀ ਚੀਜ਼ ਦਾ ਫੈਲ ਹਾਲ ਦੇ ਚੋਰ ਜੀ? ਕੁਛ ਤਾਂ ਅੱਜ ਕੱਲ੍ਹ ਜਿਹੜੀ ਫੋਗ ਹੋ ਰਹੀ ਆ ਉਸ ਦੇ ਕਰਕੇ ਵੀ ਥੋੜ੍ਹਾ ਜਿਹਾ ਸਾਨੂੰ ਪ੍ਰੋਬਲਮ ਆਉਂਦੀ ਡਿਟੈਕਸ਼ਨ ਦੇ ਵਿੱਚ, ਕਿਉਂਕਿ ਕੈਮਰਾ ਉਹਨਾਂ ਨੂੰ ਕੈਪਚਰ ਨਹੀਂ ਕਰ ਪਾਉਂਦੇ। ਬਾਕੀ ਸਾਡੇ ਲਈ ਤਾਂ ਹਰ ਇੱਕ ਚੋਰੀ ਇੰਪੋਰਟੈਂਟ ਹੈ ਜੀ, ਕਿਉਂਕਿ ਸਾਡੀ ਜ਼ਿੰਮੇਵਾਰੀ ਹੈ, ਲੋਕਾਂ ਦੀ ਸੇਫਟੀ ਐਂਡ ਸਿਕਿਉਰਿਟੀ ਸਾਡੀ ਜ਼ਿੰਮੇਵਾਰੀ ਹੈ ਅਤੇ ਅਸੀਂ ਉਹਨਾਂ 'ਤੇ ਆਪਣਾ ਵੀ ਆਰ ਟਰਾਇੰਗ ਅਵਰ ਬੈਸਟ ਟੂ ਫੁਲਫਿਲ ਦਾ ਰਿਸਪੋਂਸੀਬਿਲਿਟੀ। ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ? ਅਸੀਂ FIR ਕਰ ਰਹੇ ਹਾਂ ਜੀ, 2 ਨਾਮਲੂਮ ਵਿਅਕਤੀਆਂ 'ਤੇ FIR ਕਰ ਰਹੇ ਹਾਂ ਅਤੇ ਉਹਨਾਂ ਨੂੰ ਅਸੀਂ ਜਲਦੀ ਅਰੈਸਟ ਕਰ ਲਾਂਗੇ।